जरूर ल्यांदी आ। तां इह रेस्क्यू ऑपरेशन चलाया जा रहा इत्थे, तां जिहड़े बजुर्ग हैगे ने बाहर जाना चाहुंदे ने तां उहनां नूं जिहड़ा ल्यांदा जा रहा। तां इह जिहड़ा बाबा दीप सिंह सेवा सोसायटी दे वल्लों जिहड़ा इह कदम चुक्या गया, तां इहनां दे वल्लों जिहड़ी सेवा कीती जा रही। मनजोत तलवंडी वी साडे नाल मौजूद ने। मनजोत, तुसीं देख के आए हो वाहिगुरू जी की फतेह। सारे बहुत हालात ज्यादा वीर जी माड़े आ। देखो साडी भैण गर्भवती आ, बेचारे ਡੀਕ ਰਹੇ ਸੀ ਸਵੇਰ ਤੋਂ, ਹਨਾ ਵੀ ਜਦੋਂ ਦਾ ਪਾਣੀ ਆਇਆ ਵੀ ਹਨਾ, ਉਹ ਹੁਣ ਕੋਈ ਵੀ ਨਹੀਂ ਪਹੁੰਚਾ ਇਹਨਾਂ ਨੂੰ ਰੈਸਕਿਊ ਤੋਂ। ਹੁਣ ਲੈ ਕੇ ਪਰਿਵਾਰ ਨੂੰ ਮਾਤਾ ਤੇ ਲੈ ਕੇ ਇਹਨਾਂ ਨੂੰ ਜ਼ਰੂਰ ਲਿਆਂਦੀ ਆ। ਤਾਂ ਇਹ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਇੱਥੇ, ਤਾਂ ਜਿਹੜੇ ਬਜ਼ੁਰਗ ਹੈਗੇ ਨੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਜਿਹੜਾ ਲਿਆਂਦਾ ਜਾ ਰਿਹਾ। ਤਾਂ ਇਹ ਜਿਹੜਾ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ, ਤਾਂ ਇਹਨਾਂ ਦੇ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ। ਮਨਜੋਤ ਤਲਵੰਡੀ ਵੀ ਸਾਡੇ ਨਾਲ ਮੌਜੂਦ ਨੇ। ਮਨਜੋਤ, ਤੁਸੀਂ ਦੇਖ ਕੇ ਆਏ ਹੋ ਵਾਹਿਗੁਰੂ ਜੀ ਕੀ ਫਤਿਹ। ਸਾਰੇ ਬਹੁਤ ਹਾਲਾਤ ਜ਼ਿਆਦਾ ਵੀਰ ਜੀ ਮਾੜੇ ਆ। ਦੇਖੋ ਸਾਡੀ ਭੈਣ ਗਰਭਵਤੀ ਆ, ਵਿਚਾਰੇ ਡੀਕ ਰਹੇ ਸੀ ਸਵੇਰ ਤੋਂ, ਹਨਾ ਵੀ ਜਦੋਂ ਦਾ ਪਾਣੀ ਆਇਆ ਵੀ ਹਨਾ, ਉਹ ਹੁਣ ਕੋਈ ਵੀ ਨਹੀਂ ਪਹੁੰਚਾ ਇਹਨਾਂ ਨੂੰ ਰੈਸਕਿਊ ਤੋਂ। ਹੁਣ ਲੈ ਕੇ ਪਰਿਵਾਰ ਨੂੰ ਮਾਤਾ ਤੇ ਲੈ ਕੇ ਇਹਨਾਂ ਨੂੰ ਜ਼ਰੂਰ ਲਿਆਂਦੀ ਆ। ਤਾਂ ਇਹ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਇੱਥੇ, ਤਾਂ ਜਿਹੜੇ ਬਜ਼ੁਰਗ ਹੈਗੇ ਨੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਜਿਹੜਾ ਲਿਆਂਦਾ ਜਾ ਰਿਹਾ। ਤਾਂ ਇਹ ਜਿਹੜਾ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ, ਤਾਂ ਇਹਨਾਂ ਦੇ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ। ਮਨਜੋਤ ਤਲਵੰਡੀ ਵੀ ਸਾਡੇ ਨਾਲ ਮੌਜੂਦ ਨੇ। ਮਨਜੋਤ, ਤੁਸੀਂ ਦੇਖ ਕੇ ਆਏ ਹੋ ਵਾਹਿਗੁਰੂ ਜੀ ਕੀ ਫਤਿਹ। ਸਾਰੇ ਬਹੁਤ ਹਾਲਾਤ ਜ਼ਿਆਦਾ ਵੀਰ ਜੀ ਮਾੜੇ ਆ। ਦੇਖੋ ਸਾਡੀ ਭੈਣ ਗਰਭਵਤੀ ਆ, ਵਿਚਾਰੇ ਡੀਕ ਰਹੇ ਸੀ ਸਵੇਰ ਤੋਂ, ਹਨਾ ਵੀ ਜਦੋਂ ਦਾ ਪਾਣੀ ਆਇਆ ਵੀ ਹਨਾ, ਉਹ ਹੁਣ ਕੋਈ ਵੀ ਨਹੀਂ ਪਹੁੰਚਾ ਇਹਨਾਂ ਨੂੰ ਰੈਸਕਿਊ ਤੋਂ। ਹੁਣ ਲੈ ਕੇ ਪਰਿਵਾਰ ਨੂੰ ਮਾਤਾ ਤੇ ਲੈ ਕੇ ਇਹਨਾਂ ਨੂੰ ਜ਼ਰੂਰ ਲਿਆਂਦੀ ਆ। ਤਾਂ ਇਹ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਇੱਥੇ, ਤਾਂ ਜਿਹੜੇ ਬਜ਼ੁਰਗ ਹੈਗੇ ਨੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਜਿਹੜਾ ਲਿਆਂਦਾ ਜਾ ਰਿਹਾ। ਤਾਂ ਇਹ ਜਿਹੜਾ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ, ਤਾਂ ਇਹਨਾਂ ਦੇ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ। ਮਨਜੋਤ ਤਲਵੰਡੀ ਵੀ ਸਾਡੇ ਨਾਲ ਮੌਜੂਦ ਨੇ। ਮਨਜੋਤ, ਤੁਸੀਂ ਦੇਖ ਕੇ ਆਏ ਹੋ ਵਾਹਿਗੁਰੂ ਜੀ ਕੀ ਫਤਿਹ। ਸਾਰੇ ਬਹੁਤ ਹਾਲਾਤ ਜ਼ਿਆਦਾ ਵੀਰ ਜੀ ਮਾੜੇ ਆ। ਦੇਖੋ ਸਾਡੀ ਭੈਣ ਗਰਭਵਤੀ ਆ, ਵਿਚਾਰੇ ਡੀਕ ਰਹੇ ਸੀ ਸਵੇਰ ਤੋਂ, ਹਨਾ ਵੀ ਜਦੋਂ ਦਾ ਪਾਣੀ ਆਇਆ ਵੀ ਹਨਾ, ਉਹ ਹੁਣ ਕੋਈ ਵੀ ਨਹੀਂ ਪਹੁੰਚਾ ਇਹਨਾਂ ਨੂੰ ਰੈਸਕਿਊ ਤੋਂ। ਹੁਣ ਲੈ ਕੇ ਪਰਿਵਾਰ ਨੂੰ ਮਾਤਾ ਤੇ ਲੈ ਕੇ ਇਹਨਾਂ ਨੂੰ ਜ਼ਰੂਰ ਲਿਆਂਦੀ ਆ। ਤਾਂ ਇਹ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਇੱਥੇ, ਤਾਂ ਜਿਹੜੇ ਬਜ਼ੁਰਗ ਹੈਗੇ ਨੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਜਿਹੜਾ ਲਿਆਂਦਾ ਜਾ ਰਿਹਾ। ਤਾਂ ਇਹ ਜਿਹੜਾ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ, ਤਾਂ ਇਹਨਾਂ ਦੇ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ। ਮਨਜੋਤ ਤਲਵੰਡੀ ਵੀ ਸਾਡੇ ਨਾਲ ਮੌਜੂਦ ਨੇ। ਮਨਜੋਤ, ਤੁਸੀਂ ਦੇਖ ਕੇ ਆਏ ਹੋ ਵਾਹਿਗੁਰੂ ਜੀ ਕੀ ਫਤਿਹ। ਸਾਰੇ ਬਹੁਤ ਹਾਲਾਤ ਜ਼ਿਆਦਾ ਵੀਰ ਜੀ ਮਾੜੇ ਆ। ਦੇਖੋ ਸਾਡੀ ਭੈਣ ਗਰਭਵਤੀ ਆ, ਵਿਚਾਰੇ ਡੀਕ ਰਹੇ ਸੀ ਸਵੇਰ ਤੋਂ, ਹਨਾ ਵੀ ਜਦੋਂ ਦਾ ਪਾਣੀ ਆਇਆ ਵੀ ਹਨਾ, ਉਹ ਹੁਣ ਕੋਈ ਵੀ ਨਹੀਂ ਪਹੁੰਚਾ ਇਹਨਾਂ ਨੂੰ ਰੈਸਕਿਊ ਤੋਂ। ਹੁਣ ਲੈ ਕੇ ਪਰਿਵਾਰ ਨੂੰ ਮਾਤਾ ਤੇ ਲੈ ਕੇ ਇਹਨਾਂ ਨੂੰ ਜ਼ਰੂਰ ਲਿਆਂਦੀ ਆ। ਤਾਂ ਇਹ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਇੱਥੇ, ਤਾਂ ਜਿਹੜੇ ਬਜ਼ੁਰਗ ਹੈਗੇ ਨੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਜਿਹੜਾ ਲਿਆਂਦਾ ਜਾ ਰਿਹਾ। ਤਾਂ ਇਹ ਜਿਹੜਾ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ, ਤਾਂ ਇਹਨਾਂ ਦੇ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ। ਮਨਜੋਤ ਤਲਵੰਡੀ ਵੀ ਸਾਡੇ ਨਾਲ ਮੌਜੂਦ ਨੇ। ਮਨਜੋਤ, ਤੁਸੀਂ ਦੇਖ ਕੇ ਆਏ ਹੋ ਵਾਹਿਗੁਰੂ ਜੀ ਕੀ ਫਤਿਹ। ਸਾਰੇ ਬਹੁਤ ਹਾਲਾਤ ਜ਼ਿਆਦਾ ਵੀਰ ਜੀ ਮਾੜੇ ਆ। ਦੇਖੋ ਸਾਡੀ ਭੈਣ ਗਰਭਵਤੀ ਆ, ਵਿਚਾਰੇ ਡੀਕ ਰਹੇ ਸੀ ਸਵੇਰ ਤੋਂ, ਹਨਾ ਵੀ ਜਦੋਂ ਦਾ ਪਾਣੀ ਆਇਆ ਵੀ ਹਨਾ, ਉਹ ਹੁਣ ਕੋਈ ਵੀ ਨਹੀਂ ਪਹੁੰਚਾ ਇਹਨਾਂ ਨੂੰ ਰੈਸਕਿਊ ਤੋਂ। ਹੁਣ ਲੈ ਕੇ ਪਰਿਵਾਰ ਨੂੰ ਮਾਤਾ ਤੇ ਲੈ ਕੇ ਇਹਨਾਂ ਨੂੰ